ਵੀ ਸੀਐਮ ਆਵਾਸ ਦੇ ਅੰਦਰ ਸੀਐਮ ਜਿਹੜਾ ਰੈਜ਼ੀਡੈਂਸ ਹੈ ਉਹਦੇ ਅੰਦਰ ਹੀ ਉਹ ਲੋਕ ਧਰਨੇ ਤੇ ਬੈਠ ਗਏ ਔਰ ਨਾਰੇਬਾਜ਼ੀ ਕਰਨ ਲੱਗ ਗਏ ਸਾਡੇ ਹੱਕ ਇੱਥੇ ਰੱਖ ਧਰਮਸੋ ਤੇਰੀ ਸੋਚ ਤੇ ਪੈਰਾਂ ਦੇਾਂਗੇ ਠੋਕ ਕੇ ਸੋ ਮੈਨੂੰ ਲੱਗਦਾ ਹੈ ਵੀ ਇੱਕ ਜਿਹੜਾ ਕਾਂਗਰਸ ਦਾ ਸਾਬਕਾ ਵਜ਼ੀਰ ਜਿਹੜਾ ਕਰਪਸ਼ਨ ਦੇ ਚਾਰਜਸ ਹੈ ਜਿਹਦੇ ਤੇ ਜਿਹਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਹੈ ਔਰ ਜਿਹੜਾ ਪੰਜਾਬ ਦੀ ਲੁੱਟ ਸੁੱਟ ਲਈ ਜ਼ਿੰਮੇਵਾਰ ਹੈ ਉਹਦੇ ਹੱਕ 'ਚ ਆ ਕੇ ਤੁਸੀਂ ਮੁੱਖ ਮੰਤਰੀ ਰੈਜ਼ੀਡੈਂਸ ਦੇ ਅੰਦਰ ਜਾ ਕੇ ਇਸ ਤਰ੍ਹਾਂ ਧਰਨਾ ਪ੍ਰਦਰਸ਼ਨ ਕਰੋਗੇ ਤਾਂ ਮੈਨੂੰ ਲੱਗਦਾ ਇਹ ਤਾਂ ਅਨਡੈਮੋਕ੍ਰੈਟਿਕ ਵੀ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਉਹ ਕਹਿ ਰਿਹਾ ਵੀ ਅਸੀਂ ਤਾਂ ਧਰਮਸੋਧ ਦੇ ਨਾਲ ਨਹੀਂ ਹਾਂ, ਅਸੀਂ ਸਰਕਾਰ ਦੇ ਨਾਲ। ਇੱਕ ਪਾਸੇ ਔਨ ਰਿਕਾਰਡ ਉਹ ਇਹ ਕਹਿ ਰਿਹਾ, ਇਹ ਤਾਂ ਕੈਮਰੇ ਦੇ ਸਾਹਮਣੇ ਗੱਲਾਂ ਕਹੀਆਂ ਵੀ ਧਰਮਸੋਧ ਸਾਹਿਬ ਨਾਲ ਗਲਤ ਕਾਰਵਾਈ ਹੋਈ, ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਇਹ ਦੋਨੋਂ ਇੱਥੇ ਕੰਟਰਾਡਿਕਸ਼ਨ ਹੋ ਗਈ ਨਾ ਆਪਣੇ ਆਪ 'ਚ। ਸੋ ਕਾਂਗਰਸ ਪਹਿਲਾਂ ਤਾਂ ਇਹ ਤੈਅ ਕਰੇ ਵੀ ਉਹਨਾਂ ਨੇ ਕਰਪਟ ਬੰਦਿਆਂ ਦੇ ਹੱਕ 'ਚ ਖੜਨਾ ਹੈ ਕਿ ਉਹਨਾਂ ਦੇ ਖਿਲਾਫ। ਰਾਘਵ ਚੱਡ ਨੇ ਤੰਜ ਕੱਸਿਆ ਸੀ ਭਾਜਪਾ ਨੂੰ ਜਦੋਂ ਕਾਂਗਰਸੀ ਲੀਡਰ ਸ਼ਾਮਿਲ ਹੋਏ ਸੀ ਕਿ ਕੂੜਾਦਾਨ ਭਾਜਪਾ ਜਿਹੜੀ ਬਣ ਚੁੱਕੀ ਹੈ, ਪਰ ਰਾਣਾ ਗੁਰਮੀਤ ਸੋਢੀ ਉਹਨਾਂ ਨੇ ਕਿਹਾ ਸੀਗਾ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਕੁਛ ਉਹ ਵੀ ਘੁੱਟਣ ਮਹਿਸੂਸ ਕਰ ਰਹੇ ਨੇ, ਉਹ ਵੀ ਆਉਣਗੇ, ਕੀ ਕਹਿਣਾ? ਰਾਣਾ ਸੋਢੀ ਵਰਗੇ ਲੋਕਾਂ ਨੇ ਸੱਤਾ 'ਚ ਰਹਿੰਦੇ ਹੋਏ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਘਾਣ ਕੀਤਾ, ਨੁਕਸਾਨ ਕੀਤਾ, ਉਹ ਪੰਜਾਬ ਵੀ ਜਾਣਦਾ। ਦੇ ਆਰ ਆਲ ਰਿਜੈਕਟਿਡ ਪਰਸਨ ਆਫ ਬਾਈ ਦਾ ਪੀਪਲ ਆਫ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ, ਮੈਂ ਤੁਹਾਡੇ ਨਾਲ ਲਲਿਤਾ ਜਾਮਵਾਲ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਸਦੇ ਮੁੱਖ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਹੈ, ਪਰ ਦੂਜੇ ਪਾਸੇ ਕੱਲ੍ਹ ਕਾਂਗਰਸ ਪਾਰਟੀ ਵੱਲੋਂ ਵਿਰੋਧ ਜਿਹੜਾ ਕੀਤਾ ਗਿਆ, ਧਰਨਾ ਪ੍ਰਦਰਸ਼ਨ ਜਿਹੜਾ ਸੀਐਮ ਹਾਊਸ ਦੇ ਅੰਦਰ ਹੀ ਕੀਤਾ ਗਿਆ ਅਤੇ ਇਹ ਆਰੋਪ ਲਾਇਆ ਗਿਆ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਮੁਲਾਕਾਤ ਨਹੀਂ ਕੀਤੀ ਗਈ, ਮਿਲਣ ਦਾ ਸਮੇਂ ਦੇ ਕੇ ਵੀ ਮੁਲਾਕਾਤ ਨਹੀਂ ਕੀਤੀ ਗਈ ਅਤੇ ਸਾਡੇ ਨਾਲ ਇਸ ਮੁੱਦੇ 'ਤੇ ਕੁਛ ਹੋਰ ਮੁੱਦੇ ਹਨ ਉਸ ਨੂੰ ਲੈ ਕੇ ਜਿਹੜਾ ਚੀਫ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਜਿਹੜੇ ਜੁੜ ਚੁੱਕੇ ਨੇ। ਕੰਗ ਸਾਹਿਬ, ਕੀ ਕਹਿਣਾ? ਕੱਲ੍ਹ ਕਾਂਗਰਸ ਪਾਰਟੀ ਨੇ ਇਸ ਨੂੰ ਕਾਲਾ ਦਿਨ ਦੱਸਿਆ ਅਤੇ ਕਿਹਾ ਸਾਡੇ 'ਤੇ ਮੁਕੱਦਮੇ ਵੀ ਦਰਜ ਹੋ ਗਏ, ਇਤਿਹਾਸ 'ਚ ਪਹਿਲੀ ਵਾਰ ਐਸਾ ਹੋਇਆ ਕਿ ਵੀ ਇੰਨੀ ਵੱਡੀ ਜਿਹੜੀ ਆਮ ਆਦਮੀ ਕੁਆਂਦੀ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ, ਪਰ ਕੱਲ੍ਹ ਜਿਹੜਾ ਜਿਸ ਤਰ੍ਹਾਂ ਕੀਤਾ ਗਿਆ ਉਹ ਸਾਨੂੰ ਬੇਇੱਜ਼ਤ ਕੀਤਾ ਗਿਆ। ਨਹੀਂ ਦੇਖੋ, ਪਹਿਲੀ ਗੱਲ ਤਾਂ ਕਾਂਗਰਸ ਦੇ ਡੈਲੀਗੇਸ਼ਨ ਨੇ ਕੋਈ ਅਪੁਆਇੰਟਮੈਂਟ ਨਹੀਂ ਲਈ ਸੀ, ਕੋਈ ਅਫੀਸ਼ੀਅਲੀ ਉਹਨਾਂ ਨੂੰ ਕਮਿਊਨੀਕੇਟ ਨਹੀਂ ਕੀਤਾ ਗਿਆ ਸੀ। ਬਾਵਜੂਦ ਇਸ ਦੇ ਮਾਣਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਅੰਦਰ ਸੀ ਐੱਮ ਰਿਹਾਇਸ਼ ਅੰਦਰ ਬੁਲਾਇਆ ਵੀ, ਬਿਠਾਇਆ ਵੀ ਔਰ ਸਤਿਕਾਰ ਸਹਿਤ ਚਾਹ ਪਾਣੀ ਵੀ ਪਿਆਇਆ ਔਰ ਈਵਨ ਉਹਨਾਂ ਨੂੰ ਇਹ ਵੀ ਜਿਹੜੇ ਸਪੈਸ਼ਲ ਸੈਕਟਰੀ ਆ ਸੀ ਐੱਮ ਸਾਹਿਬ ਦੇ ਉਹਨਾਂ ਨੇ ਕਮਿਊਨੀਕੇਟ ਵੀ ਕੀਤਾ ਵੀ ਕਿਉਂਕਿ ਆਲਰੇਡੀ ਜਿਹੜੀਆਂ ਮੁੱਖ ਮੰਤਰੀ ਜੀ ਦੀਆਂ ਮੀਟਿੰਗਾਂ ਜਿਹੜੀਆਂ ਸ਼ਡਿਊਲਡ ਸੀ ਉਹ ਚੱਲ ਰਹੀਆਂ, ਲੇਕਿਨ ਇਸ ਦੇ ਬਾਵਜੂਦ ਵੀ ਤੁਹਾਡੇ ਨਾਲ ਮਿਲਾਂਗੇ। ਹਾਲਾਂਕਿ ਕਾਂਗਰਸ ਦੇ ਡੈਲੀਗੇਸ਼ਨ ਕੋਈ ਅਫੀਸ਼ੀਅਲ ਅਪੁਆਇੰਟਮੈਂਟ ਨਹੀਂ ਸੀ। ਇਨ ਬਿਟਵੀਨ ਕਾਂਗਰਸ ਦੀ ਲੀਡਰਸ਼ਿਪ ਦਾ ਤਾਂ ਮੈਨੂੰ ਸਮਝ ਨਹੀਂ ਆ ਰਿਹਾ, ਤਰਸ ਆਉਂਦਾ ਹੈ ਵੀ ਸੀਐਮ ਆਵਾਸ ਦੇ ਅੰਦਰ ਸੀਐਮ ਜਿਹੜਾ ਰੈਜ਼ੀਡੈਂਸ ਹੈ ਉਹਦੇ ਅੰਦਰ ਹੀ ਉਹ ਲੋਕ ਧਰਨੇ 'ਤੇ ਬੈਠ ਗਏ ਔਰ ਨਾਰੇਬਾਜ਼ੀ ਕਰਨ ਲੱਗ ਗਏ ਸਾਡੇ ਹੱਕ ਇੱਥੇ ਰੱਖ ਧਰਮਸੋ ਤੇਰੀ ਸੋਚ 'ਤੇ ਪੈਰਾਂ ਦੇਾਂਗੇ ਠੋਕ ਕੇ। ਸੋ ਮੈਨੂੰ ਲੱਗਦਾ ਹੈ ਵੀ ਇੱਕ ਜਿਹੜਾ ਕਾਂਗਰਸ ਦਾ ਸਾਬਕਾ ਵਜ਼ੀਰ ਜਿਹੜਾ ਕਰਪਸ਼ਨ ਦੇ ਚਾਰਜਸ ਹੈ ਜਿਹਦੇ 'ਤੇ ਜਿਹਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਹੈ ਔਰ ਜਿਹੜਾ ਪੰਜਾਬ ਦੀ ਲੁੱਟ ਸੁੱਟ ਲਈ ਜ਼ਿੰਮੇਵਾਰ ਹੈ ਉਹਦੇ ਹੱਕ 'ਚ ਆ ਕੇ ਤੁਸੀਂ ਮੁੱਖ ਮੰਤਰੀ ਰੈਜ਼ੀਡੈਂਸ ਦੇ ਅੰਦਰ ਜਾ ਕੇ ਇਸ ਤਰ੍ਹਾਂ ਧਰਨਾ ਪ੍ਰਦਰਸ਼ਨ ਕਰੋਗੇ ਤਾਂ ਮੈਨੂੰ ਲੱਗਦਾ ਇਹ ਤਾਂ ਅਨਡੈਮੋਕ੍ਰੈਟਿਕ ਵੀ ਹੈ ਔਰ ਇੱਕ ਜਿਹੜੀ ਲੋਕਸ਼ਾਹੀ ਪਰੰਪਰਾਵਾਂ ਮਰਿਆਦਾਵਾਂ ਪ੍ਰੋਟੋਕੋਲ ਹੈ ਉਹ ਵੀ ਇਹਨਾਂ ਨੇ ਤੋੜਿਆ ਔਰ ਇਹਨਾਂ ਨੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਅਸਲੀ ਚਿਹਰਾ ਆ ਕਿ ਜਿਹੜੇ ਭ੍ਰਸ਼ਟ ਔਰ ਕਰਪਟ ਲੋਕ ਆ ਜਿਹੜੀ ਮਾਨ ਸਾਹਿਬ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਕਰ ਰਹੇ ਆ ਉਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹਜੇ ਵੀ ਕਾਂਗਰਸ ਕਰ ਰਹੀ। ਉਹ ਕਹਿੰਦੇ ਸਾਡਾ ਹੱਕ ਇੱਥੇ ਰੱਖ, ਇਸਦਾ ਮਤਲਬ ਇਹ ਸੀਗਾ ਜਿਹਦੇ ਪੰਜਾਬ ਦੇ ਮੁੱਦਿਆਂ 'ਤੇ ਅਸੀਂ ਗੱਲ ਕਰਨ ਆਏ ਸੀ, ਨਾ ਕਿ ਜਿਹੜੇ ਧਰਮਸੋਤ ਹੈ। ਉਹ ਕਹਿੰਦੇ ਜੇ ਗਲਤ ਹੈਗੇ ਤਾਂ ਅਸੀਂ ਤਾਂ ਖੁਦ ਪਾਰਟੀ ਨਾਲ ਖੜੇ ਨੇ ਅਤੇ ਮਤਲਬ ਕਿ ਜੇ ਗਲਤ ਹੈਗੇ ਤਾਂ ਅਸੀਂ ਖੁਦ ਪਾਰਟੀ ਦਾ ਸਾਥ ਆਮ ਆਦਮੀ ਪਾਰਟੀ ਦਾ ਦੇਵਾਂਗੇ, ਪਰ ਜਿਹੜਾ ਕੱਲ੍ਹ ਕੀਤਾ ਗਿਆ ਉਹ ਗਲਤ, ਕਿਉਂਕਿ ਕਿ ਮੁੱਖ ਮੰਤਰੀ ਜਿਹੜੇ ਟਵੀਟ ਕਰਕੇ ਕੁਛ ਹੋਰ ਕਹਿ ਰਹੇ ਨੇ, ਜਿਹੜਾ ਵਿੱਤ ਮੰਤਰੀ ਦਾ ਕਹਿਣਾ ਕੁਛ ਹੋਰ ਹੋ ਰਿਹਾ ਤਾਂ ਅਸੀਂ ਝੂਠੀ ਸਰਕਾਰ। ਜਿਸ ਦਿਨ ਤੋਂ ਸਾਬਕਾ ਵਜ਼ੀਰ ਧਰਮਸੋਤ ਸਾਹਿਬ ਅਰੈਸਟ ਹੋਏ ਆ ਤੁਸੀਂ ਉਸ ਦਿਨ ਤੋਂ ਸਾਰੀਆਂ ਕਾਂਗਰਸ ਦੇ ਲੀਡਰ ਸਾਹਿਬਾਨ ਚਾਹੇ ਉਹ LOP ਹੈ ਚਾਹੇ ਕਾਂਗਰਸ ਦੇ ਪ੍ਰਧਾਨ ਹੈ ਉਹਨਾਂ ਦੀਆਂ ਸਾਰੇ ਇੰਟਰਵਿਊ ਦੇਖ ਲਓ, ਉਹਨਾਂ ਦੀਆਂ ਤੁਸੀਂ
स्टेटमेंट्स देख लो, उन्हां दा विजिलेंस ऑफिस जा के उत्थे बैठना और वार वार ये गल कहना भी असी धर्मसोत साहब जिहड़े आ कांग्रेस दे लीडर उन्हां नाल बदले की भावना ना कार्रवाई हुई है, असी कांग्रेस पार्टी उन्होंने नाल मोडे ना मोडा ला के खड़ी है। सतिंदर जैन जिहड़े दिल्ली के मुख्यमंत्री है जिहड़े उन्होंने नाल कीता गया वो फसे है तो वह कहिंदे भी साफ है, तो जे साडे नाल जिहड़ा हो रहा है तो असी कह रहे हैं कि जेकर गलत हैगी है तो असी नाल खड़े हैं, पर जिहड़े वेंडेटा जे पोलिटिक्स होवी तो फिर इस दे खिलाफ असी करांगे लड़ांगे। नहीं नहीं फिर ये तो दो स्टेटमेंट्स हो गई, एक पासे तुसी कह रहे हो भी वह कह रहे हैं भी असी तो धर्मसोत दे नाल नहीं है असी सरकार दे नाल है, एक पासे ऑन रिकॉर्ड वो ये कह रहे हैं ये तो कैमरे के सामने ही गल्लां कहीआं भी धर्मसोत साहब नाल गलत कार्रवाई हुई उन्होंने खिलाफ कांग्रेस पार्टी उन्होंने नाल खड़ी है, ये दोनों इतने कॉन्ट्राडिक्शन होगी ना अपने आप च। सो कांग्रेस पहला तो यह तय करे भी उन्होंने करप्ट बंदियां दे हक च खड़ना है कि उन्होंने खिलाफ खड़ना। कल का तो जिहड़ा इन्हां दा यही सीगा कि जिहड़े पंजाब दे मसले तो दूजे जिहड़ा लॉ एंड ऑर्डर नूं लेकर ही किया गया सीगा। नहीं देखो ये तुसी कह रहे हो ना, कांग्रेस कह रही है, कांग्रेस कह रही है ना, पर मैं जिहड़ी गल पूरा एक एपीसोड जिहड़ा तुहानूं दस रहा और कांग्रेस नूं ये भी याद रखना चाहिए आ भी जो कांग्रेस के मुख्यमंत्री सी कैप्टन साहब वो ईवन MLA छड्डो कांग्रेस लीडर छड्डो वो मंत्रियों नूं ही नहीं मिलते सी, ईवन जदों जाखड़ साहब पार्टी प्रेसिडेंट के नाते भी CM कांग्रेस नूं मिलन गए सी, उन्हां दे मोबाइल भी बाहर रखवा ले गए। इस तो अलावा यह भी ऑन रिकॉर्ड गल्लां पईआं भी सुखजिंदर रंधावा और मनप्रीत बादल जिहड़े कांग्रेस दे वजीर सी उस टाइम उन्होंने किस तरीके नाल ये गल्लां मीडिया चाके कहीआं भी करण अवतार जिहड़े स्पैशल सैक्टर प्रिंसीपल सैकटरी सी CM कैप्टन अमरिंदर किहड़ा वतीरा कीता, असीं कहिंदे आ भी तुहाडी सरकार भी तुहाडे खिलाफ इस तरीके नाल करदी रही। इस दे बावजूद भी पंजाब दे मुख्यमंत्री साहब जिन्हां कोई अपॉइंटमेंट भी नहीं सी उन्होंने इन्हां नूं सत्कार सहित बिठाया, चाह पानी भी पियाया और इत्थों तक उन्हां नूं गल कही आ भी तुहाडी असीं गल भी सुणांगे, लेकिन क्योंकि शेड्यूल्ड जिहड़ियां मीटिंग्स हैं वो चल रही हैं उन्हां नूं तुहानूं थोड़ी वेट करनी पऊगी। सो कांग्रेस ने हुण मुकम्मल बायकॉट करन दा ऐलान कीता, बेनती सुणो ना, कांग्रेस ने बजाए इस गल दे अखबारां च सुरखियां बनन दी गल है, ये तो हुण सफाइया दे रहे ना जी असी धर्मसोतरे नहीं गए सी, अंदर तो इन्होंने नारे लगाए इन्हों इंद्रजीत जीरा साहब के जोड़े बेटे इन्हों के सबका MLA कांग्रेस के और साडा हक तो सारिया गल्लां धर्मसोत तेरी सोचते। सो मैं लगता है भी इस तरीके कांग्रेस को वतीरा नहीं करना चाहिए। जिहड़े विक्रम सिंह मजीठिया है उन्होंने जान का खतरा है अकाली दल का कहना है, तो उन्होंने जिहड़ी पत्नी है गनीब कौर उन्होंने राजपाल नाल मुलाकात भी की है तो जिहड़ी चिट्ठी भी लिखी इस तो पहला भी कि उन्होंने जान का खतरा है, तो जिहड़ा ADGP जिहड़े हरप्रीत सिंह सिद्धू है उन्होंने तुरंत जिहड़ी है हटाने की मांग भी की है, की कहना? देखो सब तो पहली गल जितों तक मजीठिया साहब की सिक्योरिटी की गल है ये स्टेट सरकार की जिम्मेवारी है, अकॉर्डिंग टू जेल मैन्यूअल उन्होंने जी उन्हों की सिक्योरिटी तो लैके बुनियादी से जी उन्हों की सुविधावान की गल है वो पूरी उन्होंने मिल रही हैं। ईवन ये मैटर 8x8 के कमरे च रखे, देखो ईवन ये मैटर ऑलरेडी मानयोग कोर्ट की अदालत च भी आ चुका, मानयोग जज साहब के सामने उत्थे भी पंजाब सरकार ने अपनी गल रखी सी और उदे च किसी तरह की कोई भेदभाव नहीं है, एक अक्यूज जिहड़ा बंदा या जो दोषी कह लो उन्हों जेड़िया जेल मैनुअल के आधार पर उदी सुरक्षा उदी बेसिक बुनियादी सुविधावां वह सब मिल रही हैं। रही गल हरप्रीत सिंह सिद्धू की जिहड़े लाए हैं, मैं इसी गल ते आ रही हाँ, अकाली दल ने मंशा जाहिर की भी जब इन्हों पता है एक पुरानी रंजिश है परिवारों के फिर क्यों इन्हों जो लाया गया, तो एक भी गल कही जा रही कि मानहानि का जरा जो केस किया केजरीवाल साहब ने माफ़ी मांगी सी वह भी पुरानी एक कुछ एक रंजिश जी हैगी एक मन तलखी जी हैगी करके उन्होंने लाया गया। कमाल होगी अकाली दल ने सुमेश सिंह सैनी वर्गे लोग पंजाब के DGP लाए आ जिन्हां ने शरेआम पंजाब की जवानी का घाण किया, तो अकाली दल किहड़े मूंह नाल गल कर रहा है भी ADGP जेल जिहड़े आ बदलने चाहिए। सो लेकिन जिहड़े सिद्धू साहब हैं बड़े जिम्मेवार अफसर के नाते जाने जाते हैं और वह कोई एक पर्टिकुलर जेल ही नहीं लाए गए, वह सारे पंजाब के लाए गए आ। सो इस करके अकाली दल नूं फिक्र करन दी लोड़ नहीं, असी उस तरीके दे लोक नहीं गे कि किसे बंदे नाल इस हद तक कोई वितकरा करिए या भेदभाव करिए,
बेशक साडे राजनीतिक तौर पर अपोनेंट होण, लेकिन एज ए कैदी, एज ए अक्यूज्ड, एज ए जिहड़े जेल मैनुअल दे हिसाब नाल जो उन्हां दी बेसिक उन्हां दे राइट है वह सरकार प्रोटैक्ट भी कर रही है। सो मैनू ये लगता है भी अकाली दल नूं बजाए सिद्धू साहब ते सवाल खड़े करन ते आत्म पड़चोल करना चाहिए भी अपने टाइम इन्हां ने वह डी जी पी पंजाब दा लाया सी जिन्हें हज़ारां नौजवान पंजाब दे मारे, बेगुनाह लोगों मारिया, किस तरीके वतीरा सी उहदा पंजाब दे लोगों ने, इन्हां नूं आत्म पड़चोल करन दी लोड़ है। जिहड़ी पंजाब सरकार दी नई आबकारी नीति आई है उसनूं लेकर आन तो पहले ही जिहड़े शराब दे जिहड़े छोटे ठेकेदारां वल्लों सवाल जिहड़े चके गए सी कि किते ना किते नशे नूं और वधाएगी, ते जिहड़ा केरा दा बड़ा किया गया 3 तो 4 करोड़ का यह भी ज़्यादा किया गया जो उन्हों का रोज़गार भी खोएगी, तो दूजे पास मनजिंदर सिरसा ने भी प्रैस कॉन्फ्रेंस की बहुत बड़े आरोप लाए से, की कहना त्यौहार? देखो पंजाब सरकार ने जिहड़ी एक्साइज पॉलिसी लेके आंदी है उहदे पिछे जिहड़ा बेसिक मकसद है, एक तो जिहड़ी शराब माफिया है उहदा नैक्सस तोड़ना है, और जिस तरीके नाल पिछले सालों च मनमर्जियां हुई एक्साइज पॉलिसी शराब दे कारोबार च फेवरिज्म होया, और ईवन ऑन रिकॉर्ड साबका फाइनेंस मिनिस्टर मनप्रीत सिंह बादल ने गल कही सी जदों उन्हां दी सरकार सी कांग्रेस दी कि एक्साइज पॉलिसी च बहुत वड्डा जिहड़ा आ घपलाया जिहदे नाल हज़ारां करोड़ों रुपए का पंजाब नूं नुकसान हो रहा। सो मान साहब दी सरकार ने जिहड़ी पॉलिसी लियांदी उहदा मकसद है एक तो माफिया शराब माफिया नूं खत्म करना, कुछ चुनिंदा लोगों नूं फेवरिज़म खत्म करना, और एक ट्रांसपेरेंट पॉलिसी आ जिहदे नाल पंजाब सरकार का रेवन्यू भी वधूगा और ये माफिया की मनोपली भी खत्म। मनजिंदर सिरसा ने आरोप लाए ने उस बारे की कहना? देखो मनजिंदर सिरसा जिहड़े आ ना वो अजक नवा शौक जाग गया उन्होंने पंजाब की राजनीति का, हालांकि आरोप तो उन्होंने भी बड़े लगते आ, ईवन उन्होंने तो चलो मैं नहीं कहता दिल्ली की संगत कहती है भी सिरसा साहब जिहड़े आ जो गुरद्वारे वर्गी धार्मिक जथेबंदी दिल्ली गुरद्वारा प्रबंधक कमेटी वर्गी पवित्र संस्था के जो हैड रहे उन्होंने उत्थे कई तरह के घपले भ्रष्टाचार किया, गोलक चोर तक लोग भी कहते, मैं नहीं कहता दिल्ली की संगत और मनजिंदर सिंह सिरसा और दिल्ली कमेटी जिहड़े लोग रहे वो कहते हैं। सो पहला तो सिरसा साहब न अपने पीढ़ी जिहड़े थले ना पीढ़ी थले जिहड़ा आ सोटा मारन की लोड़ है, अपने गिरेबाँच झाकण की लोड़ है, और अपने किरदार बारे चानना पाउण की लोड़ है कि धार्मिक जथेबंदी दे हैड होण दे नाते तुसी जिहड़े तुहाडे ते आरोप लाए, और लोग ये भी कहिंदे आ सिर्फ तो सिर्फ उन्हां आरोपां नूं और उन्हां घपले घोटालियां ते कानूनी कार्रवाई तो बचण वास्ते बीजेपी की पनाह लैण गया है बीजेपी। तो राघव चड्ढा ने तंज कसा सी भाजपा नूं जदों कांग्रेसी लीडर शामिल होए सी कि कूड़ादान भाजपा जिहड़ी बन चुकी है, पर राणा गुरमीत सोढे उन्होंने कहा सीगा हुण आम आदमी पार्टी दे जिहड़े लीडर है कुछ वह भी घुटन महसूस कर रहे हैं वह भी आणगे, की कहना? देखो राणा सोढी वर्गे बंदियां दी क्रेडिबिलिटी की है, सारा पंजाब जानता है राणा सोढी का किरदार की है, कैप्टन अमरिंदर सिंह दीआं महफलां च इन्हां दा रोल की हुंदा सी। सो इन्हां दी राजनीतिक जिहड़ी इन्हां दा करैक्टर है क्रेडिबिलिटी वो सारा लाइजनिंग वो उह जिहियां गल्लां कर रहे हैं ना, मैं इधरों जोड़ लियाऊंगा कोई इधरों, ये लोगों दा जस्सी जसराज दा भी कहना भी सानूं पता है कुछ बंदियां दा दम बड़ा जिहड़ा घुट रहा है, सो वह भी आणगे। मैं नहीं जानता जी ये कौन है, पर मैं राणा सोढी बारे जरूर मैं गल कहूँगा, राणा सोढी वर्गे लोगों ने सत्ता च रहिंदे होए जिस तरीके नाल पंजाब दे लोकां दा घाण कीता नुकसान कीता वो पंजाब भी जानदा, दे आर ऑल रिजेक्टेड परसन ऑफ बाय द पीपल ऑफ पंजाब। सो इन्हां लोकां दी कोई क्रेडिबिलिटी नहीं है, ये लोग सिर्फ ते सिर्फ अपनी स्किन सेव करन लई, क्योंकि इन्हां ने पंजाब नाल घपले बड़े कीते आ धोखे बड़े कीते आ ते बीजेपी दी शरण च गए आ। सो पंजाब दे लोकां नूं और पंजाब सरकार नूं इन्हां नाल कोई फर्क नहीं पैंदा, इहो जिहे लोकां ते जिहड़े ऑलरेडी पंजाब दे लोकां नूं रिजैक्ट करते उन्हां दी क्रेडिबिलिटी ही है नहीं, उन्हां दी कई गल ते कोई असर नहीं।
ਕੰਗ ਸਾਹਿਬ ਅੱਜ ਮਾਨ ਸਾਹਿਬ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਨੇ ਕੀ ਕੁਛ ਕਿਹੜੀ ਗਰੰਟੀ ਅੱਜ ਪੂਰੀ ਹੋ ਸਕਦੀ ਕਿਉਂਕਿ ਲੋਕਾਂ ਨੂੰ ਵੀ ਬਹੁਤ ਇੰਤਜ਼ਾਰ ਹੈ ਕਿ ਅੱਜ ਕਿਹੜੀ ਗਰੰਟੀ ਹੈ ਜਿਹੜੀ ਮਾਨ ਸਾਹਿਬ ਪੂਰੀ ਕਰਨਗੇ ਨਹੀਂ ਦੇਖੋ ਇਹ ਤਾਂ ਪ੍ਰੋਰੋਗੇਟਿਵ ਮੁੱਖ ਮੰਤਰੀ ਜੀ ਦਾ ਆ ਮੈਂ ਉਹਦੇ 'ਤੇ ਕੋਈ ਕਮੈਂਟ ਨਹੀਂ ਕਰੂੰਗਾ ਔਰ ਕਰਨਾ ਬਣਦਾ ਵੀ ਨਹੀਂ ਹੈ ਪਹਿਲਾਂ ਦੂਸਰੀ ਗੱਲ ਜਿੱਥੋਂ ਤੱਕ ਅਨਾਊਂਸਮੈਂਟ ਦੀ ਗੱਲ ਹੈ ਪੰਜਾਬ ਦੇ ਸਰਕਾਰ ਮਾਣਯੋਗ ਮੁੱਖ ਮੰਤਰੀ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਉਹਨਾਂ ਤੋਂ ਉਮੀਦਾਂ ਰੱਖੀਆਂ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੂਰੀਆਂ ਕੀਤੀਆਂ ਜਾਣ ਔਰ ਸਾਡੀ ਇਹ ਪ੍ਰਾਇਓਰਿਟੀ ਵੀ ਹੈ ਅੱਜ ਅਸੀਂ ਕਿਸਾਨੀ ਦੀ ਜਿਹੜੀ ਗੱਲ ਕੀਤੀ ਆ ਚਾਹੇ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਆ ਚਾਹੇ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਦੀ ਗੱਲ ਹੈ ਪੰਜਾਬ ਦੇ ਪੈਸੇ ਨੂੰ ਬਚਾਉਣ ਦੀ ਇੱਕ MLA ਇੱਕ ਪੈਨਸ਼ਨ ਦੀ ਗੱਲ ਹੈ ਤੋ ਹਰੇਕ ਉਹ ਉਪਰਾਲਾ ਹਰੇਕ ਉਹ ਕੋਸ਼ਿਸ਼ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਜਿਹਦੇ ਨਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਸਮਾਜਿਕ ਤੌਰ 'ਤੇ ਸਟੇਬਲ ਬਣਾਇਆ ਜਾਵੇ ਮਜ਼ਬੂਤ ਬਣਾਇਆ ਜਾਵੇ ਔਰ ਪੰਜਾਬ ਦਾ ਭਵਿੱਖ ਜਿਹੜਾ ਆ ਉਹ ਸਿਕਿਓਰ ਕੀਤਾ ਜਾਵੇ ਕੰਗ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਸ਼ੁਕਰੀਆ ਤੋ ਇਹ ਸਨ ਸਾਡੇ ਨਾਲ ਮਾਲਵਿੰਦਰ ਸਿੰਘ ਜਿਨ੍ਹਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਕੀਤੀ ਹੈ ਤੋ ਸਭ ਤੋਂ ਵੱਡੀ ਜਿਹੜੀ ਅੱਜ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਬਹੁਤ ਵੱਡਾ ਐਲਾਨ ਕਰਨਗੇ ਸੋ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਉਮੀਦ ਹੈ ਕਿ ਇੱਕ ਔਰ ਗਰੰਟੀ ਜਿਹੜੀ ਪੂਰੀ ਹੋ ਸਕਦੀ ਹੈ ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਅਤੇ ਦੂਜੇ ਪਾਸੇ ਜਿਹੜਾ ਕੱਲ੍ਹ ਕਾਂਗਰਸੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਸੀਗਾ ਅਤੇ ਕਾਲਾ ਦਿਨ ਦੱਸਿਆ ਗਿਆ ਸੀ ਉਸ ਨੂੰ ਲੈ ਕੇ ਵੀ ਬੜੇ ਜਵਾਬ ਜਿਹੜੇ ਦਿੱਤੇ ਗਏ ਸੀ ਕਿ ਮਿਲਣ ਦਾ ਸਮੇਂ ਨਾ ਹੋਕਰ ਵੀ ਉਹਨਾਂ ਨੂੰ ਬੜਾ ਤਹਜ਼ੀਬ ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਨੇ ਧਰਨਾ ਦੇ ਕੇ ਗਲਤ ਕੀਤਾ ਗਿਆ ਸੋ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਮੈਂ ਤੁਹਾਡੇ ਨਾਲ ਲਲਿਤਾ ਜਾਮਵਲ ਸਿੰਦਰਪਾਲ ਦੇ ਨਾਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ